ਉਹਦੇ ਨਾਲ ਹੀ ਇੱਕ ਮੈਂ ਨਵਾਂ ਗੀਤ ਲਾਸਟ ਤੇ ਪੇਸ਼ ਕਰਕੇ ਜਾਊਂਗਾ। ਇੱਕ ਜੀਜੇ ਸਾਲੇ ਦੀ ਗੱਲ ਬਹੁਤ ਵਧੀਆ, ਸਾਡੇ ਰਾਜਸਥਾਨ ਵਿੱਚ ਵਸਦਾ ਫਸਾਦਾ ਪੰਜਾਬੀ ਵੀਰ ਹੈ ਜਿਹਦਾ ਲਿਖਿਆ ਗੀਤ ਹੈ, ਆਓ ਜੀ ਕਰਾਂ। ਅਮਨਜੋਤ ਦੀ ਬੀਬੀ ਨੂੰ ਕਿਹਾ, ਮੈਂ ਕਿਹਾ ਤੂੰ ਸਾਡੇ ਪਿੰਡ ਬਾਹਲੇ ਗੇੜੇ ਚ ਨਾਮ ਮਾਰਿਆ ਕਰ ਮਾਤਾ ਜੀ, ਕਹਿਣਾ ਮੈਂ ਕੀ ਹੈ। ਫਿਰ ਮੈਂ ਇਹਦੀਆਂ ਮਿੰਨਤਾਂ ਕਰੀ, ਮੈਂ ਬੀਬੀ ਨੂੰ ਕਿਹਾ ਵੀ ਆਪਣੇ ਘਰੇ ਬਾਹਲੇ ਗੇੜੇ ਨਾ ਮਾਰਿਆ ਕਰੇ। ਇਹ ਕਹਿੰਦੀ ਤੇਰੇ ਦੱਸ ਕੀ ਪੈਰ ਲੱਤੜਦੀ ਹੈ। ਮੈਂ ਕਿਹਾ ਮੇਰੇ ਪੈਰ ਕਾਹਨੂੰ ਲੱਤੜਦੀ ਹੈ, ਸਾਡਾ ਬਾਪੂ ਪੁਰਾਣਾ ਫੌਜੀ ਐਵੇਂ ਸਲੂਟ ਮਾਰੀ ਜਾਂਦਾ, ਆ ਗਏ ਜੀ ਬਹਿ ਜਾਓ ਬਿਸਤਰਾ ਵਿਛਾਏ ਨੇੜੇ ਹੋ ਜਾ। ਅੰਮ੍ਰਿਤਸਰ ਜ਼ਿਲ੍ਹੇ ਤੋਂ ਕਾਫੀ ਸਾਰੇ ਬਜ਼ੁਰਗਾਂ ਦੇ ਖਾਤਾ ਹੈ, ਨਾਲ ਉਮਰਾਂ ਵੀ ਲਿਖੀਆਂ ਸੀ, 65 ਸਾਲ, 67 ਸਾਲ, ਜਿਹੜੇ 70 ਸਾਲ ਤੋਂ ਸਾਰੇ ਘੱਟ ਸੀ, 7-8 ਖਾਤਾ ਹੈ। ਉਹਨਾਂ ਨੇ ਲਿਖਿਆ ਵੀ ਤੁਸੀਂ ਮੁੰਡਿਆਂ ਖੁੱਡੇ ਦੇ ਇੰਨੇ ਗੀਤ ਗਾਉਂਦੇ ਹੋ, ਬਜ਼ੁਰਗਾਂ ਨੇ ਤੁਹਾਡਾ ਕੀ ਕੋਈ ਵਿਗਾੜਨਾ? ਮੈਂ ਕਿਹਾ ਨਹੀਂ ਜੀ। ਕਹਿੰਦੇ ਫਿਰ ਬਜ਼ੁਰਗਾਂ ਦਾ ਗੀਤ ਲਿਖੋ। ਸਲਾਮੀ ਸਾਹਿਬ ਨੂੰ ਮੈਂ ਫੜਾਇਆ ਲੈਟਰ, ਮੈਂ ਕਿਹਾ ਚੱਕ ਭਾਈ। ਕਹਿੰਦਾ ਕਿਵੇਂ ਕਰੀਏ ਯਾਰ, ਬਾਪੂ ਹੋਰਾਂ ਦਾ ਗੀਤ ਕਿਵੇਂ ਲਿਖੀਏ? ਮੈਂ ਕਿਹਾ ਲਿਖਣਾ ਕੀ ਹੈ, ਕੁੜਮਾਂ ਨਾਲ ਜੱਫੇ ਲਵਾ ਦੇ। ਕੁੜਮਾਂ ਨਾਲ ਕਾਹਨੂੰ ਲਵਾਉਣਾ, ਜਦੋਂ ਲਵਾਉਣੀ ਲੱਗਿਓ ਫਿਰ ਕੁੜਮਣੀਆਂ ਨਹੀਂ ਹੋ ਜੋ। ਅਕਬਰ ਕੀ ਕੁੜਮਣੀ ਬਾਪੂ ਨੇ ਕੱਲ ਮਿੰਟਾਂ ਵਿੱਚ ਬਣਾ ਲਈ ਨੇ। ਪਤਾ ਨਹੀਂ ਕੱਲ ਮੇਰੀ ਬੀਬੀ ਤੇ ਆਪਣੇ ਪਿਤਾ ਜੀ ਬਾਹਰ ਖੇਤ ਗਏ। ਮੈਂ ਇਹ ਬਹੁਤ ਵੱਡੀ ਗੱਲ ਹੈ, ਕਿਸਾਨ ਦਾ ਪੁੱਤ ਖੇਤ ਨਹੀਂ ਜਾਊ ਤਾਂ ਹੋਰ ਦੱਸ ਕਿੱਥੇ ਜਾਊਗਾ। ਕਹਿੰਦੀ ਉਹ ਗੱਲ ਨੀ, ਆਪਣੀਆਂ ਗੁਆਂਢਣਾਂ ਗੱਲਾਂ ਬਾਤਾਂ ਬਾਹਲੀਆਂ ਕਰੀ ਜਾਂਦੀਆਂ। ਮੈਂ ਕੋਈ ਗੱਲ ਨੀ, ਬਾਪੂ ਨੂੰ ਪੁੱਛ ਲੈਂਦੇ ਆ। ਮੈਂ ਕਿਹਾ ਬਾਪੂ ਜੀ ਮੈਂ ਸੁਣਿਆ ਕੱਲ ਤੁਸੀਂ ਖੇਤ ਗਏ ਸੀ, ਕਹਿੰਦਾ ਲੋਕ ਨੀ ਜਾਂਦੇ। ਮੈਂ ਕਿਹਾ ਇਹ ਨੀ, ਆ ਬੀਬੀ ਜੀ ਵੀ ਨਾਲ ਗਏ ਸੀ? ਕਹਿੰਦਾ ਹਾਂ ਗਏ ਸੀ। ਕਹਿੰਦਾ ਮੈਂ ਤਾਂ ਗਿਆ ਸੀਗਾ ਵੀ ਗੱਲ ਇਹ ਵੀ ਖੇਤ ਪਟਵਾਰੀ ਆਇਆ ਸੀ। ਮੈਂ ਕਿਹਾ ਕਰਦੌੜੀਆਂ ਕਰਾਵਾਂਗੇ, ਤੇਰੀ ਸੱਸ ਵੀ ਨਾਲ ਹੀ ਤੁਰ ਪਈ। ਕਹਿੰਦੀ ਚਲੋ ਜੀ ਮੈਂ ਮੂਲੀਆਂ ਮਾਲੀਆਂ ਖਾ ਜਾਊਂਗੀ। ਲੋਲ ਪੇਸ਼ ਕਰ ਰਹੀ ਜਾਣੀ ਕਈ ਬੰਦੇ ਇਹ ਸਮਝਦੇ ਵੀ ਗੀਤ ਇਹੋ ਜਿਹਾ ਗੀਤ ਇਸ ਤਰ੍ਹਾਂ ਵੀ ਬਾਪੂ ਨੇ ਮਨਾਈ ਜ਼ਰੂਰ ਸੀ ਆਪਣੇ ਛੋਟੇ ਭਾਈ ਦੇ ਰਿਸ਼ਤੇ ਵਾਸਤੇ। ਗੱਲ ਕਰੀਏ ਵੀ ਤੇਰੀ ਛੋਟੀ ਸਾਲੀ ਦਾ ਕਹਿੰਦਾ ਰਿਸ਼ਤਾ ਲਿਆਵਾਂਗੇ, ਹੋਰ ਗੱਲ ਕੋਈ ਪੇਸ਼ ਕਰ ਰੱਖੀ ਲਈ ਨਾ। ਰਿਸ਼ਤੇ ਦੀ ਗੱਲ ਤਾਂ ਘਰੇ ਵੀ ਹੋ ਸਕਦੀ ਸੀ, ਇਹ ਸਾਰੀ ਖੇਤ ਮੋਟਰ ਕੋਲੇ ਵਾਲੀ ਹੁੰਦੀ ਹੈ। ਤੇਰੀ ਮਾਂ ਦਾ
ਸਾਡਾ ਕੋਈ ਕਸੂਰ ਨਹੀਂ, ਨਾ ਹੀ ਸਾਡੇ ਬਾਪੂ ਜੀ ਦਾ ਕਸੂਰ, ਸਾਰਾ ਤੇਰਾ ਘੋਟਲੇ ਤੇਰੇ ਪੈਣੇ ਚਾਹੀਦੇ ਆ। ਉਦੋਂ ਇੱਕੋ ਥਾਲੀ ਚ ਖੀਰ ਪਾ ਕੇ ਫੜਾਉਂਦੀ ਸੀ, ਕਹਿੰਦੀ ਲੈ ਬੇਬੇ ਜੀ ਭਾਂਡੇ ਕਾਹਨੂੰ ਲਵੇੜਨੇ, ਕਿਸੇ ਬੇ ਖਾ ਲਓ ਸਵਾਲ ਆ ਖੀਰ। ਨਾ ਇਹ ਕਾਹਨੂੰ ਯਾਰ, ਇਹਦਾ ਕਸੂਰ ਨੀ, ਮੈਂ ਆਪ ਦੇਖੀ ਇਹਦਾ ਵਿਚਾਰੀ ਦੋ ਛੰਨਿਆਂ ਚ ਪਾ ਕੇ ਦੋ ਚਮਚੇ ਧਰ ਕੇ ਫੇਰ ਫੜਾਉਂਦੀ ਸੀ। ਆ ਤੁਹਾਡੇ ਵਾਲਾ ਫੋੜਾ ਇੱਕ ਧੀਤੀ ਹੈ, ਇੱਕ ਦਾਲ ਚ ਲੱਦ ਕੇ ਇੱਕ ਚਮਚਾ ਮੰਜੇ ਥੱਲੇ ਕਹਿੰਦਾ ਹੁਣ ਅਕਬਰ ਦੀ ਕੁੜਮਣੀ ਬਾਪੂ ਨੇ ਕੱਲ ਮਿੰਟਾਂ ਵਿੱਚ ਬਣਾ ਲਈ ਨੀ। ਮੈਨੂੰ ਪਤਾ ਸੀ ਵੀ ਕਾਰਾ ਹੋਣ ਵਾਲਾ, ਤੂੰ ਨਹੀਂ ਮੰਨੀ, ਹੁਣ ਮੇਰਾ ਕੋਈ ਕਸੂਰ ਨੀ ਨੇੜੇ ਹੋ ਜਾਗਾ। ਉਹ ਲੈ ਕੇ ਚਿੱਤਰ ਹੋ ਗਿਆ ਵੇ, ਉਹ ਫੱਟੀ ਪੋਚ ਕੇ ਧਰ ਜੂਗੀ। ਨਾ ਫੱਟੀ ਪੋਚ ਤਾਂ ਗਈ, ਬੁੜਾ ਵੀ ਪਿੰਡ ਚ ਕੀ ਫਿਰਦਾ, ਕਹਿੰਦਾ ਸਾਰਾ ਊੜਾ ਆੜਾ ਦੇਖ ਕੇ ਹਟੂ। ਤੇ ਬਾਕੀ ਗੱਲ ਹੋਰ ਸੁਣ ਲਾ ਵੱਡੇ ਭਾਈ, ਮੈਨੂੰ ਐਂ ਦੱਸੀ ਸਾਡੇ ਬਾਪੂ ਜੀ ਤੁਹਾਡੇ ਪਿੰਡ ਕਦੇ ਗਏ ਆ? ਇੱਕ ਵਾਰੀ ਕਹੋ ਤਾਂ ਮੈਨੂੰ ਜਦੋਂ ਵਿਆਹੁਣ ਗਏ ਉਦੋਂ ਗਏ ਸੀਗੇ, ਉਹ ਤਾਂ ਜਾਣਾ ਹੀ ਸੀ। ਤੇ ਤੇਰੀ ਮਾਂ ਇੱਥੇ ਰੋਜ਼ ਚੌਥੇ ਦਿਨ ਗੇੜਾ ਮਾਰਦੀ, ਕਸੂਰ ਸਾਡੇ ਬਾਪੂ ਦਾ ਕੱਢਦੀ ਤੂੰ? ਉਹ ਤਾਂ ਮੈਨੂੰ ਮਿਲਣ ਆਉਂਦੀ ਸੀ। ਤੈਨੂੰ ਕਾਹਨੂੰ ਮਿਲਣ ਆਉਂਦੀ ਸੀ? ਸੁਣ ਲਾ ਗੱਲ ਮਰੀ ਜੀ, ਹੁਣ ਇਹ ਬਾਈ ਆਪਾਂ ਨੂੰ ਐਂ ਕਹਿੰਦੀ ਹੈ ਕਿ ਤੁਹਾਡਾ ਬਾਪੂ ਸਾਡੀ ਮਾਂ ਨੂੰ ਲੈ ਕੇ ਚਿੱਤਰ ਹੋ ਜੂਗਾ। ਇਹ ਝੂਠ ਹੈ, ਇਹ ਗੱਪ ਇਲਜ਼ਾਮ ਲਾਉਂਦੀ ਹੈ। ਹੋ ਸਕਦਾ ਤੇਰੀ ਮਾਂ ਉਹਨੂੰ ਲੈ ਕੇ ਤਿੱਤਰੀ ਬਣ ਜੇ, ਫੇਰ ਤਾਂ ਮੌਜ ਹੀ ਮੌਜ, ਫੇਰ ਤਾਂ ਕਮਲਿਆ ਸਾਰਾ ਟੱਬਰ ਕੰਮ ਲੱਗੇ ਰਹਾਂਗੇ ਜਦੋਂ ਤਿੱਤਰੀ ਬਣ ਗਈ। ਥੱਲੇ ਆਂਡੇ ਧਰੇ ਬੱਚੇ ਕਢਾਏ ਫੁਰ, ਆਂਡੇ ਧਰੇ ਬੱਚੇ ਕਢਾਏ ਫੁਰ। ਬਾਪੂ ਨੂੰ ਕਈ ਵਾਰ ਸਮਝਾਇਆ ਸੀ, ਬਸ ਇੱਕ ਸਾਲ ਹੀ ਹਾਣ ਦੀਏ ਮੁਸ਼ਕਲ ਨਾ ਲੰਘਾਇਆ ਸੀ। ਉਹ ਇੱਕ ਸਾਲ ਹੀ ਹਾਣ ਦੀਏ ਮੁਸ਼ਕਲ ਨਾ ਲੰਘਾਇਆ ਸੀ। ਉਹ ਸਾਰੇ ਟੱਬਰ ਤੋਂ ਚੋਰੀ ਨੀ, ਉਹ ਸਾਰੇ ਟੱਬਰ ਤੋਂ ਚੋਰੀ ਨੀ, ਬੇਬੇ ਤੋਂ ਹਾ ਕਰ ਮਾਰੀ ਨੀ, ਇੱਕ ਵਾਰ ਕੀ ਕੁੜਮ ਅਕਬਰ ਕੀ ਕੁੜਮਣੀ ਬਾਪੂ ਨੇ ਕੱਲ ਮਿੰਟਾਂ ਵਿੱਚ ਬਣਾ ਲਈ ਨੀ। ਲੁੱਟਣ ਦੇ ਮੌਜਾਂ ਪਤਾ ਲੱਗੂ ਜਦੋਂ ਅਗਲੇ ਸਾਲ 50 ਕਿੱਲੇ ਜ਼ਮੀਨ ਰਹੀ, ਹੁਣ ਤਾਂ ਚੋਰੀ ਹੋ ਗਏ, ਸਾਡੇ ਕੋਲ 100 ਕਿੱਲੇ ਹੈ। ਸ਼ੁਕਰ ਕਰੋ ਜੇ 50 ਰਹਿ ਜੇ ਤਾਂ, ਜੇ ਬੁੜਾ ਆਏ 5-7 ਸਾਲ ਮੌਜਾਂ ਲੁੱਟੀਆਂ ਨਾ ਤਾਂ ਡੰਡੇ ਲਾਉਣ ਜੋਗੀ ਰਹਿ ਜੂ। ਫੁੱਟਦੀਆਂ ਸੀ ਬਾਪੂ ਦੀਆਂ, 1000-1200 ਪੈਨਸ਼ਨ ਲੈਂਦਾ, ਸਾਰੇ ਮੇਰੇ ਤੋਂ ਪੈਸੇ ਫੜ ਲੈਂਦਾ ਸ਼ਾਮ ਨੂੰ।
ਪਰ ਜਿੱਦੇ ਤੇਰੀ ਬੀਬੀ ਗੇੜਾ ਮਾਰ ਲੈ ਕੇ ਨਗਰ ਫੁੱਟਦੀ ਉੱਤੇ ਮੁੱਛ ਲੈਂਦੀ ਆ। ਮੁੱਛਣ ਦੀ ਵੀ ਲੋੜ ਨੀ ਪੈਂਦੀ, ਹੁਣ ਤਾਂ ਤਣਿਆ ਦੀ ਦਾਤੀ ਫੇਰੀ ਬੈਠੀ ਹੈ। ਬਾਪੂ ਨੂੰ ਇਕੱਲੀ ਬਾਤੀ ਟਾਲ ਗਈ, ਬਾਪੂ ਨੂੰ ਇਕੱਲੀ ਬਾਤੀ